ਇੱਕ ਫਰਵਰੀ ਦੀ ਦੇਰ ਰਾਤ ਨੂੰ 24 ਨੰਬਰ ਫਾਟਕ ਜਿਹੜਾ ਸ਼ਹਿਰ ਦਾ ਇੱਕ ਪ੍ਰੋਮੀਨੈਂਟ ਏਰੀਆ, ਉੱਥੇ ਦੇਰ ਰਾਤ ਇੱਕ ATM ਨੂੰ ਬੜੇ ਟੈਕਨੀਕਲ ਅਤੇ ਸੋਫਿਸਟੀਕੇਟਡ ਢੰਗ ਨਾਲ ਗੈਸ ਕਟਰਾਂ ਨਾਲ ਅਤੇ ਅਤਿਆਧੁਨਿਕ ਜਿਹੜੇ ATM ਕੱਟਣ ਵਾਲੀ ਮਸ਼ੀਨਾਂ ਹੁੰਦੀਆਂ ਨੇ ਉਹਦੇ ਰਾਹੀਂ ਇੱਕ ATM ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਬੜੀ ਹੀ ਮਿਹਨਤ ਨਾਲ SP City ਅਤੇ SPD ਅਤੇ SHO ਸਿਵਲ ਲਾਈਨਸ ਦੀ ਇੰਚਾਰਜ ਮਾਡਲ ਟਾਊਨ ਦੀ ਟੀਮਾਂ ਨੇ 2 ਦਿਨਾਂ 'ਚ ਹੀ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਜਿਹੜੇ ਦੋਸ਼ੀ ਸੀਗੇ ਉਹ ਅਰੈਸਟ ਕਰ ਲਏ ਅਤੇ ਉਹਨਾਂ ਤੋਂ ਗੈਸ ਕਟਰ ਅਤੇ ਬਾਕੀ ਟੂਲਸ ਜਿਹੜੇ ATM ਨੂੰ ਬੜੀ ਸਫਾਈ ਨਾਲ ਕੱਟ ਕੇ ਅਤੇ ਉਹਦੇ ਤੋਂ ਕੈਸ਼ ਚੋਰੀ ਕਰਨ ਲਈ ਵਰਤੇ ਜਾਂਦੇ ਉਹ ਵੀ ਸਾਰੇ ਰਿਕਵਰ ਹੋ ਗਏ। ਇਹਦੇ 'ਚ ਵੇਖਣ ਵਾਲੀ ਗੱਲ ਇਹ ਹੈ ਕਿ ਇਹ 3 ਨੌਜਵਾਨ ਨੇ ਅਤੇ 3 ਦੀ ਬਹੁਤ ਛੋਟੀ ਉਮਰ ਆ, 20-21 ਸਾਲ ਦੇ ਨੌਜਵਾਨ ਨੇ, ਕੋਈ 8ਵੀਂ ਪਾਸ ਆ, ਕੋਈ 10ਵੀਂ ਪਾਸ ਆ ਅਤੇ ਇਹ ਬੁੱਢਲਾਡੇ ਦੇ ਸੁਨਾਮ ਦੇ ਮਾਨਸੇ ਏਰੀਏ ਦੇ ਰਹਿਣ ਵਾਲੇ ਆ ਅਤੇ ਦੂਜੇ ਜ਼ਿਲ੍ਹੇ ਤੋਂ ਇੱਥੇ ਆ ਕੇ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ। ਜਿਹੜੀ ਮੌਕੇ ਦੀ PCR ਟੀਮ ਸੀਗੀ ਉਹਦੀ ਮੁਸਤੈਦੀ ਨਾਲ ਇੱਕ ਤਾਂ ਵਾਰਦਾਤ ਨੂੰ ਟਾਲਿਆ ਜਾ ਸਕਿਆ ਅਤੇ ਡਿਟੈਕਸ਼ਨ ਬੜੀ ਵਧੀਆ ਕਰਦੇ ਹੋਏ ਇਹ 3 ਨੌਜਵਾਨ ਜਿਹੜੇ ਆ ਅਰੈਸਟ ਕਰ ਲਏ ਅਤੇ ਇਹਨਾਂ ਤੋਂ ਜਿਹੜੇ ਇਕੁਇਪਮੈਂਟ ਅਤੇ ਟੂਲ ਇਹਨਾਂ ਨੇ ATM ਨੂੰ ਕੱਟਣ ਲਈ ਯੂਜ਼ ਕੀਤੇ ਸੀ ਉਹ ਵੀ ਬਰਾਮਦ ਹੋ ਗਏ। ਹੁਣ ਤੱਕ ਦੀ ਤਫਤੀਸ਼ 'ਚ ਇਹਨਾਂ ਮੁੰਡਿਆਂ ਦਾ ਕੋਈ ਕ੍ਰਿਮੀਨਲ ਪਿਛੋਕੜ ਨਹੀਂ ਨਜ਼ਰ ਆਇਆ, ਪਰ ਇਹ ਇੱਕ ਤਾਂ ਅਸੀਂ ਡਿਟੈਕਸ਼ਨ ਤਾਂ ਕੀਤੀ ਆ ਪਰ ਇਸ ਦੇ ਨਾਲ ਇਹ ਵੀ ਇਹਦੇ 'ਚ ਵੇਖਿਆ ਕਿ ਇੰਨੀ ਛੋਟੀ ਉਮਰ ਦੇ ਮੁੰਡੇ ਜਿਹੜੇ ਆ ਜਿਹੜੇ ਇਹੋ ਜਿਹੇ ਇੱਕ ਸੈਂਸਿਟਿਵ ਕ੍ਰਾਈਮ ਨੂੰ ਅੰਜਾਮ ਦੇ ਰਹੇ ਆ ਅਤੇ ਕਿਤੇ ਨਾ ਕਿਤੇ ਮੇਰੀ ਪੰਜਾਬ ਦੇ ਸਾਰੇ ਯੂਥ ਨੂੰ ਵੀ ਤੁਹਾਡੇ ਰਾਹੀਂ ਮੇਰੀ ਅਪੀਲ ਆ ਕਿ ਆਪਾਂ ਇਹ ਸੋਚਦੇ ਹਾਂ ਕਿ ਕ੍ਰਾਈਮ ਕਰਕੇ ਆਪਾਂ ਐਸਕੇਪ ਕਰ ਲਾਂਗੇ ਲੋਅ ਨੂੰ, ਪਰ ਲੋਅ ਇਨਫੋਰਸਮੈਂਟ ਏਜੰਸੀਆਂ ਪਟਿਆਲਾ ਪੁਲਿਸ ਬੜੀ ਮੁਸਤੈਦੀ ਨਾਲ ਹਰੇਕ ਕ੍ਰਾਈਮ ਟਰੇਸ ਕਰਦੀ ਆਈ ਹੈ ਅਤੇ ਜਿਹੜੀ ਵੀ ਯੂਥ ਦੇ ਅੰਦਰ ਦੀ ਐਨਰਜੀ ਹੈਗੀ ਆ ਉਹਨੂੰ ਸਪੋਰਟਸ 'ਚ, ਐਜੂਕੇਸ਼ਨ 'ਚ, ਕੰਪੀਟੀਟਿਵ ਐਗਜ਼ਾਮਾਂ 'ਚ ਉਹਨੂੰ ਚੈਨਲਾਈਜ਼ ਕੀਤਾ ਜਾਵੇ ਅਤੇ ਕਿਸੇ ਵੀ ਵੈਬ ਸੀਰੀਜ਼ ਨੂੰ ਜਾਂ ਕਿਸੇ ਵੀ ਫਿਲਮ ਨੂੰ ਵੇਖ ਕੇ ਕੋਈ ਆਪਣਾ ਕ੍ਰਾਈਮ ਵੱਲ ਜਿਹੜਾ ਰੁਝਾਨ ਆ ਉਹ ਯੂਥ ਨੂੰ ਘਟਾਉਣਾ ਚਾਹੀਦਾ। 1 ਫਰਵਰੀ ਦੀ ਦੇਰ ਰਾਤ ਨੂੰ 24 ਨੰਬਰ ਫਾਟਕ ਜਿਹੜਾ ਸ਼ਹਿਰ ਦਾ ਇੱਕ ਪ੍ਰੋਮੀਨੈਂਟ ਏਰੀਆ, ਉੱਥੇ ਦੇਰ ਰਾਤ ਇੱਕ ATM ਨੂੰ ਬੜੇ ਟੈਕਨੀਕਲ ਅਤੇ ਸੋਫਿਸਟੀਕੇਟਡ ਢੰਗ ਨਾਲ ਗੈਸ ਕਟਰਾਂ ਨਾਲ ਅਤੇ ਅਤਿਆਧੁਨਿਕ ਜਿਹੜੇ ATM ਕੱਟਣ ਵਾਲੀ ਮਸ਼ੀਨਾਂ ਹੁੰਦੀਆਂ ਨੇ ਉਹਦੇ ਰਾਹੀਂ ਇੱਕ ATM ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਬੜੀ ਹੀ ਮਿਹਨਤ ਨਾਲ SP City ਅਤੇ SPD ਅਤੇ SHO ਸਿਵਲ ਲਾਈਨਸ ਦੀ ਇੰਚਾਰਜ ਮਾਡਲ ਟਾਊਨ ਦੀ ਟੀਮਾਂ ਨੇ 2 ਦਿਨਾਂ 'ਚ ਹੀ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਜਿਹੜੇ ਦੋਸ਼ੀ ਸੀਗੇ ਉਹ ਅਰੈਸਟ ਕਰ ਲਏ ਅਤੇ ਉਹਨਾਂ ਤੋਂ ਗੈਸ ਕਟਰ ਅਤੇ ਬਾਕੀ ਟੂਲਸ ਜਿਹੜੇ ATM ਨੂੰ ਬੜੀ ਸਫਾਈ ਨਾਲ ਕੱਟ ਕੇ ਅਤੇ ਉਹਦੇ ਤੋਂ ਕੈਸ਼ ਚੋਰੀ ਕਰਨ ਲਈ ਵਰਤੇ ਜਾਂਦੇ ਉਹ ਵੀ ਸਾਰੇ ਰਿਕਵਰ ਹੋ ਗਏ। ਇਹਦੇ 'ਚ ਵੇਖਣ ਵਾਲੀ ਗੱਲ ਇਹ ਹੈ ਕਿ ਇਹ 3 ਨੌਜਵਾਨ ਨੇ ਅਤੇ 3 ਦੀ ਬਹੁਤ ਛੋਟੀ ਉਮਰ ਆ, 20-21 ਸਾਲ ਦੇ ਨੌਜਵਾਨ ਨੇ, ਕੋਈ 8ਵੀਂ ਪਾਸ ਆ, ਕੋਈ 10ਵੀਂ ਪਾਸ ਆ ਅਤੇ ਇਹ ਬੁੱਢਲਾਡੇ ਦੇ ਸੁਨਾਮ ਦੇ ਮਾਨਸੇ ਏਰੀਏ ਦੇ ਰਹਿਣ ਵਾਲੇ ਆ ਅਤੇ ਦੂਜੇ ਜ਼ਿਲ੍ਹੇ ਤੋਂ ਇੱਥੇ ਆ ਕੇ ਇਹਨਾਂ ਨੇ
ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ। ਜਿਹੜੀ ਮੌਕੇ ਦੀ PCR ਟੀਮ ਸੀਗੀ ਉਹਦੀ ਮੁਸਤੈਦੀ ਨਾਲ ਇੱਕ ਤਾਂ ਵਾਰਦਾਤ ਨੂੰ ਟਾਲਿਆ ਜਾ ਸਕਿਆ ਅਤੇ ਡਿਟੈਕਸ਼ਨ ਬੜੀ ਵਧੀਆ ਕਰਦੇ ਹੋਏ ਇਹ ਤਿੰਨੇ ਨੌਜਵਾਨ ਜਿਹੜੇ ਆ ਅਰੈਸਟ ਕਰ ਲਏ ਅਤੇ ਇਹਨਾਂ ਤੋਂ ਜਿਹੜੇ ਇਕੁਇਪਮੈਂਟ ਅਤੇ ਟੂਲ ਇਹਨਾਂ ਨੇ ATM ਨੂੰ ਕੱਟਣ ਲਈ ਯੂਜ਼ ਕੀਤੇ ਸੀ ਉਹ ਵੀ ਬਰਾਮਦ ਹੋ ਗਏ। ਹੁਣ ਤੱਕ ਦੀ ਤਫਤੀਸ਼ 'ਚ ਇਹਨਾਂ ਮੁੰਡਿਆਂ ਦਾ ਕੋਈ ਕ੍ਰਿਮੀਨਲ ਪਿਛੋਕੜ ਨਹੀਂ ਨਜ਼ਰ ਆਇਆ, ਪਰ ਇਹ ਇੱਕ ਤਾਂ ਅਸੀਂ ਡਿਟੈਕਸ਼ਨ ਤਾਂ ਕੀਤੀ ਆ, ਪਰ ਇਸ ਦੇ ਨਾਲ ਇਹ ਵੀ ਇਹਦੇ 'ਚ ਵੇਖਿਆ ਕਿ ਇੰਨੀ ਛੋਟੀ ਉਮਰ ਦੇ ਮੁੰਡੇ ਜਿਹੜੇ ਆ ਜਿਹੜੇ ਇਹੋ ਜਿਹੇ ਇੱਕ ਸੈਂਸਿਟਿਵ ਕ੍ਰਾਈਮ ਨੂੰ ਅੰਜਾਮ ਦੇ ਰਹੇ ਆ, ਅਤੇ ਕਿਤੇ ਨਾ ਕਿਤੇ ਮੇਰੀ ਪੰਜਾਬ ਦੇ ਸਾਰੇ ਯੂਥ ਨੂੰ ਵੀ ਤੁਹਾਡੇ ਰਾਹੀਂ ਮੇਰੀ ਅਪੀਲ ਆ ਕਿ ਆਪਾਂ ਇਹ ਸੋਚਦੇ ਹਾਂ ਕਿ ਕ੍ਰਾਈਮ ਕਰਕੇ ਆਪਾਂ ਐਸਕੇਪ ਕਰ ਲਾਂਗੇ ਲੋਅ ਨੂੰ, ਪਰ ਲੋਅ ਐਨਫੋਰਸਮੈਂਟ ਏਜੰਸੀਆਂ ਪਟਿਆਲਾ ਪੁਲਿਸ ਬੜੀ ਮੁਸਤੈਦੀ ਨਾਲ ਹਰੇਕ ਕ੍ਰਾਈਮ ਟਰੇਸ ਕਰਦੀ ਆਈ ਹੈ ਅਤੇ ਜਿਹੜੀ ਵੀ ਯੂਥ ਦੇ ਅੰਦਰ ਦੀ ਐਨਰਜੀ ਹੈਗੀ ਆ ਉਹਨੂੰ ਸਪੋਰਟਸ 'ਚ, ਐਜੂਕੇਸ਼ਨ 'ਚ, ਕੰਪੀਟੀਟਿਵ ਐਗਜ਼ਾਮਾਂ 'ਚ ਉਹਨੂੰ ਚੈਨਲਾਈਜ਼ ਕੀਤਾ ਜਾਵੇ ਅਤੇ ਕਿਸੇ ਵੀ ਵੈਬ ਸੀਰੀਜ਼ ਨੂੰ ਜਾਂ ਕਿਸੇ ਵੀ ਫਿਲਮ ਨੂੰ ਵੇਖ ਕੇ ਕੋਈ ਆਪਣਾ ਕ੍ਰਾਈਮ ਵੱਲ ਜਿਹੜਾ ਰੁਝਾਨ ਆ ਉਹ ਯੂਥ ਨੂੰ ਘਟਾਉਣਾ ਚਾਹੀਦਾ।